ਭੂਆ ਦੀ ਧੀ ਭੂਆ ਮਤਲਬ ਭੂਆ ਦੀ ਦਵਾਈ ਫੜਾਉਣਾ ਸੀ, ਦਵਾਈ ਚੱਲਦੀ ਜੀ। ਦਵਾਈ ਕਿਉਂ ਸਾਲਿਆ, ਪੈਸੇ ਲੈਣ ਆਇਆ ਹੋਵੇਗਾ ਤੂੰ? ਨਾ ਨਾ ਜੀ, ਤੁਸੀਂ ਕਦੋਂ ਆਈ ਸੀ? ਹੁਣੀ ਆਇਆ ਸੀ ਬਸ। ਅੱਛਾ ਜੀ, ਅੱਛਾ, ਘੰਟਾ ਡੇਢ ਘੰਟਾ ਹੋਇਆ ਇਹਨੂੰ। ਠੀਕ ਹੈ ਠੀਕ ਹੈ, ਕਿਵੇਂ ਇੱਧਰ ਇਕੱਲੇ ਹੀ ਪੈ ਗਈ? ਇਕੱਲਿਆਂ ਨਹੀਂ ਪੈਣਾ ਗਾ ਫਿਰ, ਹੁਣ ਮੈਂ ਬੁੜੀਆਂ 'ਚ ਕੀ ਕਰੂੰਗਾ? ਉਹ ਮਾਵਾਂ ਤੇ ਉੱਥੇ ਚੁਗਲੀ ਦੇ ਚੁਗਲੀ ਜਾੜ ਰੱਖੇ ਉਹਨਾਂ ਨੇ ਤਾਂ ਪਰਲੇ ਕਮਰੇ 'ਚ। ਅੱਛਾ ਠੀਕ ਹੈ ਠੀਕ ਹੈ, ਹੋਰ ਪਿਆ ਉਰੇ ਘਰੇ? ਠੀਕ ਤੀ ਸਾਰੇ ਜੀ, ਲੈ ਪੀ ਲਾ, ਠੀਕ ਨੇ ਸਾਰੇ? ਕੋਈ ਨਹੀਂ, ਗੁੱਡੀ ਪਾਣੀ ਲੈ ਕੇ ਆਉਂਦੀ ਜੀ, ਪਾਣੀ ਪੀ ਲਾਂਗੇ ਜੀ, ਤਾਂ ਬਦ ਹਾਜ਼ਮ ਜਿਹਾ ਕਰ ਦਿੰਦਾ ਜੀ। ਕੀ ਕਰਦਾ ਹੁੰਦਾ ਤੂੰ ਹੁਣ? ਕੁਛ ਨਹੀਂ, ਵਿਹਲੀ ਹੁੰਦਾ ਜੀ ਬਸ, ਹੁਣ ਕਣਕ ਦੀ ਤਿਆਰੀ ਆ ਮੂਹਰੇ ਜੀ। ਐਂ ਕਰੀ, ਤੂੜੇ ਲਈ ਹੱਕਣਾ ਜੀ ਆਪਣੇ ਘਰੋਂ, ਟਰੈਕਟਰ ਤੇਰੇ ਕੋਲ ਹੈਗਾ ਗਾ, ਮੇਰਾ ਥੋੜ੍ਹਾ ਕੰਮ ਕਰ ਲਿਆ ਘਰ ਕੋਈ। ਅੱਛਾ, ਨਾ ਇਹ ਕਿਉਂ ਵੀ ਅੱਧ ਤੇ ਲਾ ਲਈ ਮਸ਼ੀਨ ਜੀ ਮੈਂ ਨਾਲ। ਹੋਰ ਤੁਸੀਂ ਕੀ ਕਰਦੇ ਹੁੰਦੇ ਜੀ? ਮੈਥੋਂ ਤਾਂ ਕੁਛ ਮਰਜ਼ੀ ਕਰਾ ਲਵਾ, ਸਾਰਾ ਕੁਛ ਹੀ ਕਰਦਾ ਨਾ। ਅੱਛਾ ਜੀ, ਕੀ ਕਰਾਉਣਾ ਤੈਂ? ਨਾ ਮੈਂ ਤਾਂ ਊਂ ਪੁੱਛ ਰਹੀ ਸਵਾ, ਇੱਕੇ ਗੱਲ ਕਰ ਲਈ ਜਾਂ ਉੱਧਰ ਬਾਗ ਜਾ ਮਰ ਜਾ ਉੱਥੇ ਰਸੋਈ 'ਚ ਪਾਣੀ ਪੂਣੀ ਪੀ। ਠੀਕ ਹੈ ਜੀ, ਠੀਕ ਹੈ, ਕੋਈ ਨਹੀਂ, ਸੌਣ ਵੀ ਨਹੀਂ ਦਿੰਦੇ। ਕਰ ਲਓ ਰੈਸਟ, ਕਰ ਲਓ ਜੀ ਤੁਸੀਂ ਕੋਈ। ਰੈਸਟ ਤਾਂ ਕਰਦੀ ਸੀਗਾ, ਜਦੋਂ ਸਰਾਣੇ ਆ ਕੇ ਤਾਂ ਕੰਨਾਂ 'ਚ ਲੱਗ ਗਿਆ ਬੋਲਣ। ਜਿਹੜਾ ਜੀਆ ਜੀਜੇ ਤੇ, ਜਿਹੜਾ ਜੀਆ ਜੀਜੇ ਤੇ ਪਹਿਲਾਂ ਆਇਆ, ਛੋਟੀ ਕੁੜੀ ਉਹ ਜੀਜੇ ਕੋਲੇ ਲੈ ਗਈ, ਫਿਰ ਆ ਭੂਆ ਨੂੰ ਮਿਲਿਆ, ਇਹ ਕਹਿੰਦੀ ਵੀ ਹੁਣ ਤੂੰ ਜੀਜੇ ਕੋਲੇ ਜਾਇਆ, ਹੁਣ ਤੂੰ ਤੇਰੇ ਕੋਲੇ ਆ, ਤੂੰ ਵੀ ਤੂੰ ਜੀਜੇ ਕੋਲੇ ਜਾਇਆ ਲੈ, ਦੱਸ ਜੀਜੇ ਤਾਂ ਉਹੀ ਸ਼ੇਰ ਨੂੰ ਬੰਨੀ ਪਿਆ ਗਾ। ਐਂ ਥੋੜੂ ਬੋਲਦੇ ਹੁੰਦੇ ਨੇ, ਮੈਂ ਤਾਂ ਦੋ ਮਿੰਟ ਮਸਾਂ ਬਹਿ ਕੇ ਆਇਆ ਉਹਦੇ ਕੋਲੇ, ਹੁਣ ਤਾਂ ਆਖਰੀ ਨੀ ਹੈਗੀ ਬੋਲਣ ਦੀ, ਕੁੜੀ ਇੰਨੀ ਆਕੜ ਹੁੰਦੀ ਆ ਬੰਦੇ 'ਚ। ਕਮਾਲ ਦੀ ਗੱਲ ਆ, ਉਹ ਤਾਂ ਬਾਹਲਾ ਰੁੱਖਾ ਬੋਲਦਾ ਗਾ, ਮੈਨੂੰ ਤਾਂ ਐਂ ਨੀ ਸਮਝ ਆਉਂਦੀ ਇਹਨੂੰ ਆਕੜ ਕਾਹਦੀ ਹੈਗੀ, ਆਕੜ ਤਾਂ ਆਪਣੀ ਚੱਲਣੀ ਚਾਹੀਦੀ, ਉਹ ਤੇ ਆਪਾਂ ਜ਼ਮੀਨ ਦੇਣੀ ਆ ਉਹਨੂੰ। ਦੇਖਦੇ ਆ, ਜੇ ਤਾਂ ਕਹਿਣਗੇ ਤਾਂ ਰਹਿ ਪਾਂਗੇ, ਫਿਰ ਤਾਂ ਮੁੜ ਜਾਂਗੇ ਉੱਥੇ ਨੂੰ। ਮੁੜ ਜਾਓ, ਕਿੱਥੇ ਰਹੂਗਾ ਇਹ ਆਕੜ ਵਾਲਾ, ਇਹ ਮੈਂ ਤਾਂ ਆਪ ਜਾਂਦਾ, ਮੈਂ ਤਾਂ ਆਪ ਆਉਂਦੇ ਹੋਏ ਪੁਲਿਸ ਨੇ ਘੇਰ ਲਿਆ।
ਕਿਉਂ? ਹੋਰ ਆ ਕਹਿੰਦੀ ਕਾਪੀ ਕਾਗਜ਼ ਦਿਖਾ, ਉੱਥੇ ਨਵਾਂ ਨੂੰ ਮੈਸੇਜ ਚ ਆਇਆ ਕੋਈ ਜਿਹੜਾ ਉੱਥੇ ਕੋੜਾ ਦੀ ਨਾਕਾ ਨੁਕਾ ਲਾਈ। ਅੱਛਾ ਹੋਰ ਹੁਣ ਚੱਲ ਤੂੰ ਐਂ ਕਰ, ਜਾ ਕੇ ਬਹਿ ਜਾ ਕੋਲ ਤੇਰੇ ਜੀਜੇ ਦੇ, ਕੁਛ ਨਹੀਂ ਹੁੰਦਾ, ਘੰਟਾ ਕ ਬਹਿ ਜਾ। ਮੈਂ ਨਹੀਂ ਬਈ ਬਹਿੰਦਾ ਹੈਗਾ, ਜੇ 10 ਮਿੰਟ ਹੋਰ ਬਹਿ ਗਿਆ ਸੀ ਥਾਪੜੋ ਥਾਪੜੀ ਹੋਵਾਂਗੇ, ਗੱਲ ਨਹੀਂ ਬਾਤ ਨਹੀਂ। ਥਾਪੜੇ ਵਾਲੀ ਕਿਹੜੀ ਗੱਲ ਇਹਦੇ ਚ? ਮੈਂ ਤਾਂ ਘਰੇ ਕੰਮ ਕਰਨ ਜਾ ਕੇ ਕੱਖ ਲਿਆਉਣ ਨੇ, ਚਾਰ ਚੂਰ ਪੱਟਣਾ ਜਾ ਕੇ, ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ, ਮੈਂ ਤਾਂ ਪੂਰੀ ਦਵਾਈ ਪੜਾਉਣਾ ਸੀ, ਮੈਂ ਤਾਂ ਜਾਣਾ। ਮੁੜ ਕੇ ਮੈਨੂੰ ਸੁਣਾਊਗਾ ਵੀ ਤੇਰੇ ਮਾਮੇ ਦਾ ਮੁੰਡਾ ਆਇਆ ਸੀ ਜਾਣ ਕੇ ਮੈਨੂੰ ਵੇਖ ਕੇ ਮੁੜ ਗਿਆ? ਸੁਣਾਈ ਜਾਵੇ, ਮੈਂ ਪਹਿਲਾਂ ਜਾ ਕੈਮਰੀ ਕਿੰਨੀ ਕਾ ਭਗਤ ਕਰ ਲਈ ਉਹਨੇ, ਉਹਦਾ ਬੋਲਣ ਦੀ ਅਕਲ ਨਹੀਂ ਹੈਗੀ ਬੰਦੇ ਨੂੰ। ਚੱਲ ਚੰਗਾ, ਉਹ ਖੜ ਤੇ ਜਾ। ਬਸ ਦੱਸ ਮਨਿੰਦਰ ਪੁੱਤ। ਹਾਂ ਬੀਬੀ। ਤੂੰ ਚਾਹ ਬਣਾਈ ਜਾਂਦੀ ਆ? ਜੱਸੂ ਨੂੰ ਉਠਾ ਦਿੰਦੀ? ਟਾਈਮ ਹੋ ਗਿਆ ਇਹਨਾਂ ਦੀ ਜ਼ਿਆਦਾ, ਜੇ ਨਾ ਬਣਾ ਕੀਤੀ ਫਿਰ ਬੋਲਣਗੇ। ਮੈਂ ਠਾਇਆ ਨੂੰ, ਚੱਲ ਸੁੱਤੀ ਪਈ, ਕੋਈ ਗੱਲ ਨਹੀਂ ਮੈਂ ਬਣਾ ਲੈਂਦੀ। ਪੁੱਤ ਫਿਰ ਮੈਂ ਬਣਾ ਦਿੰਦੀ, ਐਡੀ ਕਿਹੜੀ ਗੱਲ ਸੀਗੀ? ਚੱਲ ਕੋਈ ਨਾ ਮੰਮੀ, ਫਿਰ ਕੀ ਹੋ ਗਿਆ, ਬਣਾਉਣੀ ਆ ਮੈਂ ਚਾਹ ਤਾਂ। ਚੱਲ ਕੋਈ ਨਹੀਂ, ਮੈਂ ਜੱਸੂ ਨੂੰ ਠਾ ਕੇ ਆਉਂਦੀ ਹਾਂ। ਚੱਲ ਠਾ ਦੇ ਉਹਨੂੰ, ਕਿਉਂਕਿ ਟਾਈਮ ਬਥੇਰਾ ਹੋ ਗਿਆ। ਚੰਗਾ। ਜੱਸੂ ਪੁੱਤ ਖੜੇ ਹੋ? ਹੈਂ ਜੱਸੂ ਕਿੱਧਰ ਗਈ? ਕੁੜਾ ਜੱਸੂ, ਜੱਸੂ ਗਈ ਕਿੱਧਰੋਂ? ਬਾਹਰ ਦੇਖਦੇ ਹਾਂ। ਜੱਸੂ ਸਾਰੇ ਕਮਰੇ 'ਚ ਦੇਖ ਲਿਆ, ਇੱਥੇ ਵੀ ਨਹੀਂ ਹੈਗੀ, ਇੱਥੇ ਨਹੀਂ ਵੀ ਹੈਗੀ। ਮਨਿੰਦਰ ਪੁੱਤ ਕੀ ਗੱਲ ਹੋ ਗਈ ਬੇਬੇ? ਜੱਸੂ ਪਤਾ ਨਹੀਂ ਕਿੱਧਰ ਗਈ, ਜਾਣਾ ਕਿੱਧਰ, ਇੱਥੇ ਹੋ ਗਿਆ ਅੰਦਰ ਹੈ ਨਹੀਂ? ਇੱਧਰ ਵੀ ਦੇਖ ਲਈ, ਇੱਧਰ ਵੀ ਦੇਖ ਲਈ, ਮੈਂ ਤਾਂ ਇੰਨੀਆਂ ਬਾਜਾਂ ਵੀ ਦੇਤੀਆਂ। ਮੈਂ ਬਾਹਰ ਦੇਖ ਕੇ ਨਹੀਂ, ਫਿਰ ਤੂੰ ਫਿਕਰ ਨਾ ਕਰ। ਹਾਏ ਪਤਾ ਨਹੀਂ ਕਿੱਧਰ ਨੂੰ ਭੱਜ ਗਈ। ਲਾਡੀ ਪੁੱਤ, ਲਾਡੀ ਪੁੱਤ, ਲਾਡੀ ਪੁੱਤ, ਜੱਸੂ ਪਤਾ ਨਹੀਂ ਕਿੱਧਰ ਭੱਜ ਗਈ। ਕੀ ਹੋ ਗਿਆ? ਜੱਸੂ ਪਤਾ ਨਹੀਂ ਕਿੱਧਰ ਨੂੰ ਭੱਜ ਗਈ, ਮੈਂ ਤਾਂ ਸਾਰੇ ਭਾਲ ਲਈ। ਇੱਥੇ ਹੋਊ ਕਦੇ, ਜਾਣਾ ਕਿੱਥੇ ਉਹਨੇ? ਹਾਈ ਨਹੀਂ, ਕਿਤੇ ਨਹੀਂ ਇੱਥੇ ਆਈ, ਸੌਣ ਵੀ ਨਹੀਂ ਦਿੰਦੇ। ਉਹਨੂੰ ਮੈਂ ਕਿਹਾ ਸੀ ਮੈਂ ਹੱਥ ਨੂੰ ਮੁੜ ਚੱਲਦੇ, ਨਾ ਮੈਂ ਕੱਪੜੇ ਲੈ ਆਇਆ, ਚੱਕ ਕੇ ਆਹੀ ਕੱਪੜਿਆਂ ਨੂੰ ਸੌਣਾ ਪਈ ਆ। ਚੱਲ ਕੋਈ ਨਾ ਪੁੱਤ, ਤਾਂ ਸਾਰੇ ਭਾਲ ਲਈ, ਪਤਾ ਨਹੀਂ ਕਿੱਧਰ ਭੱਜ ਗਈ। ਉਹ ਤਾਂ ਭੱਜ ਗਈ ਜਿੱਥੇ ਜਾਣਾ ਸੀ ਉਹਨੇ। ਮੰਮੀ ਕਿੱਥੇ ਭੱਜ ਗਈ? ਬਾਹਰ ਵੀ ਨਹੀਂ ਹੈਗੀ ਕਿਤੇ। ਹੈ ਨਹੀਂ, ਹੈ ਨਹੀਂ ਜੀ, ਉਹ ਹੈ ਵੀ ਨਹੀਂ ਉਰੇ। ਬਸ ਤੁਹਾਨੂੰ ਮੈਂ ਗੱਲ ਦੱਸਤੀ, ਉਹ ਤਾਂ ਭੱਜ ਭੁੱਜ ਗਈ ਕਿਸੇ ਨਾਲ। ਐਂ ਕਿਉਂ ਨਾ ਪੁੱਤ, ਐਂ ਨਾ ਬੋਲ, ਮੇਰੀ ਧੀ ਇਹੋ ਜਿਹੀ ਹੈ ਨਹੀਂ ਉਹ। ਭੱਜ ਗਈ ਹੋਵੇ ਉਹ, ਆਪਾਂ ਜ਼ਮੀਨ ਤੂੰ ਮੇਰੇ ਨਾਮ ਕਰਾ ਦੀ ਤੇਰੇ ਵਾਲੀ ਸਾਰੀ। ਆਹਲਾ ਬਰੋਬਰ ਦਾ ਸ਼ਰੀਕ ਹੋ ਕੇ ਖੜ ਜੂ, ਉਹਨੂੰ ਬੇਦਾਖਲ ਕਰਾ ਕੇ ਆਉਣੇ ਆਪਾਂ। ਕਿਹੋ ਜਿਹੀ ਗੱਲਾਂ ਕਰੀ ਜਾਂਦੇ ਹੋ? ਜੱਸੂ ਘਰੇ ਨਹੀਂ ਹੈਗੀ, ਤੁਹਾਨੂੰ ਜ਼ਮੀਨ ਦੀ ਪਈ ਹੈ, ਤੁਸੀਂ ਮਾਣੇ ਖੜੇ ਹੋ ਕੇ ਦੇਖ ਲਓ ਨਾ। ਕੋਈ ਨਾ ਪੁੱਤ, ਮੈਨੂੰ ਤਾਂ ਦੇਖੋ ਜ਼ਮੀਨ ਹੈ, ਤੂੰ ਕੁੜੀ ਭਾਲ ਦੇ। ਮੈਨੂੰ ਤਾਂ ਦੇਖੋ, ਨਾ ਤਾਂ ਦੇਖੋ ਮੇਰੇ ਕੋਲ ਇੰਨਾ ਟਾਈਮ ਆ, ਮੈਂ ਕਿਤੇ ਉਹਨੂੰ ਲੱਭਦਾ ਫਰੀ ਆਵਾਂ, ਠੀਕ ਹੈ? ਅਤੇ ਨਾ ਉਹ ਲੱਭੇ, ਉਹ ਤਾਂ ਬਸ ਨੰਗਦਾ ਭੱਜ ਗਈ ਕਿਸੇ ਮਛੰਡੇ ਨਾਲ। ਮੈਂ ਉਹਦੇ ਘਰ ਮੈਂ ਦੇਖ ਲਈ ਸੀ ਉਹਦੇ ਲੱਛਣ, ਠੀਕ ਹੈ? ਉਹਦੇ ਮੈਂ ਗੱਲਾਂ ਦੀ ਪਤਾ ਲੱਗ ਗਿਆ। ਜੱਸੂ ਇਹੋ ਜਿਹੀ ਹੈ ਨਹੀਂ ਜੀ। ਹੋਰ ਹੈ ਨਹੀਂ ਜੱਸੂ ਇਹ, ਮੈਨੂੰ ਪਤਾ ਮੇਰੀ ਭੈਣ ਦਾ, ਤੁਸੀਂ ਉੱਠ ਖੜੋ, ਆਪਾਂ ਵੇਖ ਕੇ ਆਉਣਾ ਕਿਤੇ ਬਾਹਰ ਅੰਦਰ। ਪੁੱਤ ਪਾੜ ਲੈ ਪਾਣੀ ਪੱਤਾ ਕਰ ਦੋ, ਮੈਂ ਨਹਾਉਣਾਗਾ, ਉਸ ਤੋਂ ਬਾਅਦ ਦੇਖਦਾ ਕੋਈ ਨਾ ਪੁਲਿਸ ਦੇ ਤਲਾਹ ਦੇ ਦੇਣੇ ਆਗੇ। ਤੂੰ ਬੁੜੀਏ ਕੱਪੜੇ ਬਦਲ, ਆਪਾਂ ਚੱਲੀਏ, ਚੱਲ ਜ਼ਮੀਨ ਜ਼ਮੂਨ ਦੀ ਨੌ ਕਰਾ, ਪਰ ਆਏ ਨਹੀਂ ਪਤਾ ਇੱਥੇ ਕੋਈ ਕਿਹੋ ਜਿਹਾ ਬੰਦਾ ਬਰੋਬਰ ਆ ਕੇ ਖੜ ਜੇ। ਮਾੜੀ ਮੁੰਡੀ ਤੇ ਸ਼ਰਮ ਕਰ ਲਓ, ਕੁੜੀ ਘਰੋਂ ਵੱਗ ਗਈ, ਤੁਹਾਨੂੰ ਜ਼ਮੀਨਾਂ ਦੀ ਪਈ ਆ। ਕੁੜੀ ਤਾਂ ਜਿੱਥੇ ਜਾਣਾ ਸੀ ਉਹ ਤਾਂ ਮੁੜਦੀ, ਜ਼ਮੀਨ ਇੱਕ ਤੇ ਧਰ ਕੇ ਲੈ ਕੇ ਜਾਣੀ ਆ। ਕੁੜੀ ਮੁੜਦੀ ਹੁਣ, ਨਾ 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 ਭੁੱਲਿਓ ਤੁਸੀਂ ਵੀ ਕੁੜੀ ਮੁੜ ਜੂ। ਪੁੱਤ ਉਹ ਇਹੋ ਜਿਹੀ ਹੈ ਨਹੀਂ ਸੀ, ਛੋਟੇ ਪਿਆਰ ਨਾਲ ਵੀ ਸਿਆਣੀ। ਆਪਾਂ ਲਵਲੀ ਨੂੰ ਫੋਨ ਕਰਦੇ ਆ, ਦੇਖ ਲਓ ਕਿਹੋ ਜਿਹਾ ਕਿੰਨਾ ਮਾੜਾ ਟਾਈਮ ਆਇਆ ਪਿਆ। ਤੁਸੀਂ ਜ਼ਮੀਨ ਦਾ, ਬਸ ਜ਼ਮੀਨ ਦਾ ਕਰ ਦਿਓ ਕੰਮ ਅੱਜ।
ਕਾਮਲੇ ਲੈ ਉਹ ਜੱਸੂ ਨੀ ਮੁੜਦੀ ਹੁਣ, ਜੱਸੂ ਤਾਂ ਭੱਜ ਗਈ ਉਹ ਤਾਂ ਐਂ ਦੇਖ ਲਓ ਘਰੋਂ ਸਮਾਨ ਤਾਂ ਨੀ ਲੈ ਗਈ ਚੱਕ ਕੇ ਕੁਛ, ਕੋਈ ਸਿਆਉਣਾ ਕੋਈ ਪੈਸੇ ਦੇਖ ਲਾ ਬੁੜੀਏ, ਤੇਰੀ ਚਮਲਾਈ ਹੋਈ ਸੀ ਦੂਜੀ ਨੂੰ ਕੁਛ ਸਿਖਾਇਆ ਨੀ, ਇੱਕ ਹੱਥਾਂ 'ਚ ਕੱਢ ਰੱਖੀ ਸੀ, ਤੇਰੇ ਨਾਲ ਐਂ ਬਣਨੀ ਸੀ ਤੈਨੂੰ ਮੈਂ ਦੱਸਤਾ। ਬੇਬੇ ਕਿਉਂ ਰੋ ਕੇ ਆਪਦਾ ਮਨ ਖਰਾਬ ਕਰੀ ਜਾਂਦੀ ਆ, ਕੋਈ ਨਾ ਲੱਭ ਜੂਗੀ। ਕਰਨ ਲਵਲੀ ਨੂੰ ਕੀਤਾ ਸੀ ਫੋਨ, ਉਹਨੇ ਚੱਕਿਆ ਨੀ ਮੇਰਾ ਫੋਨ। ਮੇਰੀ ਧੀ ਵਿਚਾਰੀ ਕਿੱਥੇ ਹੋ ਗਈ, ਕੀ ਪਤਾ ਨਾ ਤੁਹਾਨੂੰ ਇਹ ਗੱਲ ਸੁਣਦੇ ਆ, ਕੀ ਕਰਾਂ ਮੈਂ ਤਾਂ ਬਾਲਾ ਹੀ ਹਕਾਰਿਆ ਫਿਰਦਾ ਗਾ, ਕਿਵੇਂ ਬੋਲਦਾ ਜ਼ਮੀਨ ਦੇ ਦੇ ਜ਼ਮੀਨ ਦੇ ਦੇ ਦੇ, ਜ਼ਮੀਨ ਦੀ ਅੱਗ ਲੱਗੀ ਪਈ ਆ, ਮੇਰੀ ਧੀ ਪਤਾ ਨੀ ਕਿੱਥੇ ਹੋ ਗਈ। ਚੁੱਪ ਕਰ ਜਾ, ਉਹ ਚੱਲ ਚੱਲੀਏ ਮੇਰੀ ਗੱਲ ਸੁਣ, ਤੂੰ ਐ ਕਰ ਜੇ ਤੇਰਾ ਨਹੀਂ ਮਨ ਖੜਦਾ ਨਾ, ਤੂੰ ਜਾਂ ਤਾਂ ਲਵਲੀ ਨੂੰ ਫੋਨ ਕਰ ਲਾ ਜਾਂ ਮਾਮੇ ਵਰਗ ਨੂੰ ਫੋਨ ਕਰ ਲਾ, ਕੇਰਾਂ ਜਾ ਕੇ ਥਾਣੇ ਤਲਾਹ ਦੇ ਆ ਵੀ ਐਂ ਕਰਕੇ ਸਾਡੀ ਕੁੜੀ ਘਰੋਂ ਭੱਜ ਗਈ, ਪੁਲਿਸ ਵਾਲੇ ਆਪੇ ਲੱਭ ਕੇ ਲਿਆ ਦੇਣਗੇ। ਅਸੀਂ ਕਿਉਂ ਕਹਾਂਗੇ ਜੀ ਕੁੜੀ ਘਰੋਂ ਭੱਜ ਗਈ, ਕੀ ਪਤਾ ਅਗਲੀ ਮੈਂ ਤਾਂ ਕੁਛ ਦੀ ਕਹਿੰਦੀ ਪੁੱਤ ਮੈਨੂੰ ਫੋਨ ਕਰ, ਅੱਜ 2 ਵਜੇ ਨੂੰ ਵਿਆਹ ਕਰਾ ਲੂ ਉਹ, ਮੈਨੂੰ ਫੋਨ ਕਰ ਦੇ। ਮੇਰੀ ਗੱਲ ਸੁਣ, ਫੋਨ ਤਾਂ ਬੰਦ ਆਈ ਜਾਂਦਾ, ਮੈਂ 10 ਵਾਰ ਲਾ ਲਿਆ, ਲਵਲੀ ਦਾ ਫੋਨ ਲਾ ਕੇ ਦੇ ਦੋ। ਮੇਰੀ ਗੱਲ ਤਾਂ ਸੁਣ ਲੈ, ਮੇਰੀ ਗੱਲ ਸੁਣ ਪਹਿਲਾਂ, ਤੂੰ ਅੱਜ ਪਹਿਲਾਂ ਥਾਣੇ 'ਚ ਰਿਪੋਰਟ ਲਿਖਾਇਆ, ਕੱਲ ਨੂੰ ਤੂੰ ਉੱਥੇ ਚੀਮੇ ਆ ਜੀ, ਠੀਕ ਆ, ਆਪਾਂ ਇੰਤਕਾਲ ਜਾ ਕਰ ਲਾਂਗੇ, ਐਂ ਨੀ ਪਤਾ ਕੱਲ ਨੂੰ ਕੀ ਬਰੋਬਰ ਆ ਕੇ ਅੱਧੀ ਜ਼ਮੀਨ ਲੈ ਜੇ। ਐਂ ਕਿਵੇਂ ਲੈ ਜੂਗਾ, ਜ਼ਮੀਨ ਮੇਰੀ ਆ ਗਈ, ਤੁਹਾਨੂੰ ਜ਼ਮੀਨਾਂ ਦੀ ਪਈ ਆ, ਕੁੜੀ ਤਾਂ ਲੱਭ ਜੇ ਪਹਿਲਾਂ, ਨਾਲੇ ਜਿਹੜਾ ਕੁੜੀ ਦਾ ਵਿਆਹ ਕਰਾ ਲਿਆ ਉਹਦੀ ਤਾਂ ਫੋਟੋ ਹੀ ਆਊਗੀ ਸਿੱਧੀ ਤੁਹਾਨੂੰ, ਬਸ ਵਿਆਹ ਦੇਖ, ਵਿਆਹ ਕਰਾ ਲਿਆ ਸੀ, ਕੋਰਟ ਮੈਰਿਜ ਕਰਾ ਲਈ, ਆਪਾਂ ਚੱਲੇ ਆਉਣੇ ਥਾਣੇ, ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ। ਤੂੰ ਉਹਦਾ ਲਵਲੀ ਦਾ ਫੋਨ ਲਾ ਕੇ ਦੇ, ਉਹਨੂੰ ਫੋਨ ਕਰ ਦੀ, ਫੋਨ ਲਾ ਕੇ 2 ਮਿੰਟ ਗੱਡੀ ਚ ਆ ਜਾ, ਮੈਂ ਗੱਡੀ ਮੋੜ ਦਾਂਗਾ, ਤੁਸੀਂ ਥਾਣੇ ਚ ਜਾਇਓ, ਠੀਕ ਆ ਜੀ। ਮੈਂ ਤਾਂ ਦੇ ਦੇ ਬੇਬੇ ਨੂੰ, ਕੱਲੀ ਨੂੰ ਕਿਵੇਂ ਛੱਡ ਕੇ ਜਾਵਾਂਗੇ, ਓਕੇ ਬੇਬੇ ਕੱਲੀ ਹੁੰਦੀ ਆ, ਲਵਲੀ ਆ ਜੂਏ ਤਨੇ, ਜਲਦੀ ਆਇਆ ਮੈਨੂੰ ਹੋਰ ਕੰਮ ਫੇਰੇ ਨੇ, ਗੱਲ ਤਾਂ ਸੁਣ ਲਓ, ਨਹੀਂ ਜਾਣਾ ਫਰੂਰੀ ਆ ਜਾ, ਨਾ ਮੈਂ ਤੇ ਦੁਬਾਰਾ ਲੈ ਕੇ ਜਾਇਆ ਜਾਵੇ ਤੈਨੂੰ, ਆਪਦੇ ਇੱਥੇ ਹੀ ਰਹਿ, ਮੈਨੂੰ ਕੰਮ ਬਹੁਤ ਨੇ। ਆਏ ਪੁੱਤਾਂ ਕਿਉਂ ਕਰਦਾਂਗਾ, ਮੇਰੀ ਧੀ ਨੂੰ ਲੱਭ ਦੇ, 2 ਦਿਨਾਂ ਚ ਆ ਜੂ ਉਹ, ਵਿਆਹ ਕਰਾ ਲੂ ਬਸ ਜਾ ਕੇ, ਹੋਰ ਕੀ ਕਰਨਾਗਾ। ਪਤਾ ਨੀ ਚੰਦਰੀ ਕਿੱਥੇ ਵਗ ਗਈ, ਮਨਿੰਦਰ ਪੁੱਤ ਮੈਂ ਕੀ ਕਰੂੰਗੀ ਇਕੱਲੀ, ਮੈਂ ਕੀ ਕਰਾਂ ਬੇਬੇ, ਉਹ ਮੰਨਦਾ ਹੀ ਨੀ, ਜਦੋਂ ਜੇ ਮੈਂ ਨਾ ਗਈ ਫਿਰ ਮੁੜ ਕੇ ਮੈਨੂੰ ਲੈ ਕੇ ਨੀ ਜਾਣਾ। ਪੁੱਤ ਮੋਬਾਈਲ ਤਾਂ ਲਾ ਕੇ ਦੇ ਦਿੰਦੀ, ਆ ਜਾ ਹੁਣ ਇੱਥੇ ਕਿਹੜੇ ਪਾਈ ਜਾਂਦੀ ਆ, ਆ ਗਈ ਬੇਬੇ ਮੈਂ, ਕਿੱਡਾ ਹਕਾਰਿਆ ਹੋਇਆ। ਹਾਏ ਵੇ ਚੰਦਰਿਆ, ਤੂੰ ਮੇਰੀ ਧੀ ਬਾਰੇ ਇੱਕ ਵਾਰੀ ਵੀ ਨਹੀਂ ਸੋਚਦਾ ਵੀ ਉਹ ਕਿੱਥੇ ਮਰੀ ਆ ਵਿਚਾਰੀ, ਕਿੱਥੇ ਖਪੀ ਆ, ਕਿੱਧਰ ਗਈ ਆ ਉਹ, ਹਾਏ ਕਿੱਧਰ ਨੂੰ ਬਾਕੀ। ਮੇਰੀ ਧੀ ਇਹੋ ਜਿਹੀ ਹੈ ਨਹੀਂ ਸੀ ਭੱਜਣ ਵਾਲੀ, ਮੈਨੂੰ ਮੇਰੀ ਧੀ ਦਾ ਸਾਰਾ ਪਤਾ, ਮੇਰੀ ਧੀ ਕਿਸੇ ਨਾਲ ਨਹੀਂ ਭੱਜੀ, ਪਤਾ ਨਹੀਂ ਕਿੱਧਰ ਵਗ ਗਈ। ਹਾਏ ਮੈਂ ਫੋਨ ਕਰਦੀ ਹਾਂ ਲਵਲੀ ਨੂੰ, ਕੀ ਹੋ ਗਿਆ ਜੱਸੂ, ਕਿੱਧਰ ਵਗ ਗਈ? ਪਤਾ ਨੀ ਪੁੱਤ ਕਿੱਧਰ ਵਗ ਗਈ, ਰਾਤ ਨੂੰ ਚੰਗੀ ਭਲੀ ਸੁੱਤੀ ਸੀ, ਹਾਂ ਉਹ ਤਾਂ ਇਹੋ ਜਿਹੀ ਕੁੜੀ ਵੀ ਨੀ ਹੈਗੀ, ਪ੍ਰਾਹੁਣਾ ਕਹਿੰਦਾ ਕਿਸੇ ਨਾਲ ਭੱਜ ਗਈ, ਮੈਨੂੰ ਪਤਾ ਪੁੱਤ ਮੇਰੀ ਧੀ ਦਾ ਇਹੋ ਜਿਹੀ ਕੁੜੀ ਨੀ ਹੈਗੀ, ਤੂੰ ਆਪਣੀ ਕੋਈ ਤੇ ਪੈਰ ਨਹੀਂ ਸੀ ਧਰਦੀ, ਹੁਣ ਫਿਰ ਆਪਾਂ ਕੀ ਕਰੀਏ ਫਿਰ, ਮੈਂ ਦੱਸਾਂ ਆਪਾਂ ਥਾਣੇ ਰਿਪੋਰਟ ਲਿਖੇਗੇ ਪੁੱਤ, ਚੱਲੀਏ ਆਪਾਂ ਫਿਰ, ਚੱਲ ਪੁੱਤ, ਪ੍ਰਾਹੁਣਾ ਤਾਂ ਕਹਿੰਦਾ ਜ਼ਮੀਨ ਲਵਾਓ ਛੇਤੀ ਮੇਰੇ ਨਾਲ, ਚੱਲ ਕੋਈ ਨੀ ਫਿਰ ਆਪਾਂ ਉੱਥੇ ਜਾ ਕੇ ਗੱਲ ਕਰ ਦਿੰਦਾ ਨਾ, ਆ ਜਾ।
ਮੇਜਰ ਸਿੰਘ ਜੀ ਹਾਂਜੀ ਬਾਹਰ ਦੇਖੋ ਕੌਣ ਕੌਣ ਬੈਠਾ ਮੀਟਿੰਗ ਚ ਬੁਲਾਓ ਅੰਦਰ ਯਾਰ ਫਿਰ ਆਪਾਂ ਪੀਸੀ ਤੇ ਚੱਲਣਾ ਉਹ ਮੁਰਸ਼ੀ ਪੇਜ ਭਈ ਆ ਕਿਹੜਾ ਹੈਗਾ ਅੱਗੇ ਬੈਠੋ ਜੀ ਬੈਠੋ ਦੱਸੋ ਕਿਵੇਂ ਆਉਣੇ ਹੋਏ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਗੱਲ ਤਾਂ ਸਰ ਜੀ ਐਂ ਵੀ ਇਹ ਮੇਰੀ ਭੂਆ ਜੀ ਨੇ ਜੀ ਮੇਰੀ ਭੂਆ ਦੇ ਦੋ ਕੁੜੀਆਂ ਨੇ ਇੱਕ ਤਾਂ ਵਿਆਹੀ ਹੋਈ ਜੀ ਇੱਕ ਛੋਟੀ ਕੁਮਾਰੀ ਹੈ ਜੀ ਵੀ ਉਹ ਸਵੇਰ ਤੋਂ ਲਾਪਤਾ ਹੀ ਹੈ ਜਾ ਵੀ ਪਤਾ ਨਹੀਂ ਕਿੱਧਰ ਗਈ ਜੀ ਕਿੱਧਰ ਨਾ ਵੀ ਇਸ ਸਿਲਸਿਲੇ 'ਚ ਹੀ ਹੈ ਜੀ ਤੁਹਾਡੇ ਕੋਲ ਹਾਂਜੀ ਜਦੋਂ ਸਵੇਰੇ ਮੈਂ ਜਗਾਉਣ ਗਈ ਚਾਹ ਵਾਸਤੇ ਅਤੇ ਕੁੜੀ ਉੱਥੇ ਹੈ ਨਾ ਪ੍ਰਾਹੁਣਾ ਤਾਂ ਕੁੜੀ ਆਏ ਹੋਏ ਸੀ ਜੇ ਪ੍ਰਾਹੁਣੇ ਨੂੰ ਆਖਿਆ ਵੀ ਕਿਤੋਂ ਭਾਈ ਭਾਲ ਭੁਲ ਕੇ ਲੈ ਗਏ ਕਹਿੰਦਾ ਭੱਜ ਗਈ ਜਨਾਬ ਮੇਰੀ ਕੁੜੀ ਇਹ ਜੀ ਹੈ ਨਹੀਂ ਸੀ ਉਹ ਤਾਂ ਗਿੱਲੇ ਗੋਏ ਤੇ ਪੈਰ ਦੀ ਸੀ ਧਰਤੀ ਐਂ ਗੱਲ ਤੀ ਗਈ ਅੱਛਾ ਜੀ ਠੀਕ ਆ ਦੇਖੋ ਮਾਤਾ ਜੀ ਮਾਫ਼ੀ ਚਾਹੁੰਦਾ ਅੱਜ ਦੇ ਸਮੇਂ ਦੇ ਅਨੁਸਾਰ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਆਪਣੀ ਕੁੜੀ ਦਾ ਕਿਸੇ ਮੁੰਡੇ ਨਾਲ ਕੋਈ ਚੱਕਰ ਚੱਲਦਾ ਹੋਵੇ ਜਾਂ ਤੁਹਾਨੂੰ ਉਹਨੇ ਫੋਰਸ ਕੀਤਾ ਹੋਵੇ ਵੀ ਮੈਂ ਵਿਆਹ ਕਰਾਉਣਾ ਤੁਸੀਂ ਦਿੱਤਾ ਹੋਵੇ ਜਵਾਬ ਅਤੇ ਉਹਨੇ ਇਹ ਸਟੈਪ ਚੱਕਿਆ ਹੋਵੇ ਤੁਸੀਂ ਮੈਨੂੰ ਤਾਂ ਵੀ ਦੱਸ ਦਿਓ ਅੱਜ ਕੱਲ੍ਹ ਚੱਲ ਰਹੇ ਜੀ ਇਹ ਪਰਸੋਂ ਪਟਿਆਲੇ ਤੋਂ ਨਹੀਂ ਲੈਂਦੇ ਚੱਕ ਕੇ ਆਪਣੇ ਦੋ ਹੈ ਦੱਸੋ ਜੀ ਮੈਨੂੰ ਸਾਰੀ ਗੱਲ ਕੀ ਆ ਜਾਂ ਤੁਹਾਡਾ ਕੋਈ ਊਂ ਝਗੜਾ ਬੈਰ ਹੋਵੇ ਪਿੰਡ 'ਚ ਉਹੀ ਜੀ ਗੱਲ ਦੱਸ ਦਿਓ ਮੈਨੂੰ ਲੜਾਈ ਝਗੜਾ ਤਾਂ ਦੋ ਮਾਵਾਂ ਧੀਆਂ ਨੇ ਜੀ ਕਿਹਦੇ ਨਾਲ ਲੜਨਗੇ ਜੀ ਹੈ ਨਾ ਜੀ ਬਾਕੀ ਕੰਮ ਧੰਦਾ ਕਰਨਾ ਹੁੰਦਾ ਜੀ ਮੈਂ ਵਗ ਜਾਂਦਾ ਜੀ ਬਸ ਲੜਾਈ ਝਗੜਾ ਤਾਂ ਹੋਵੇ ਜਿਹਨਾਂ ਦੇ ਘਰ ਕੋਈ ਬੰਦਾ ਹੋਵੇ ਜੀ ਦੋ ਮਾਵਾਂ ਧੀਆਂ ਨੇ ਤਾਂ ਜੀ ਸਾਹਿਬ ਮੇਰੀ ਗੱਲ ਸੁਣ ਲਓ ਮੈਂ ਪ੍ਰਾਹੁਣੇ ਨੂੰ ਆਖਿਆ ਵੀ ਆਪਾਂ ਕੁੜੀ ਭਾਲ ਲਈਏ ਪਹਿਲਾਂ ਖ਼ਬਰਾਂ ਕਿੱਧਰ ਗਈ ਹੋਣੀ ਅੰਦਰੋਂ ਕਿਵੇਂ ਗਾਇਬ ਹੋ ਗਈ ਜੀ ਮੇਰੀ ਧੀ ਜਿਵੇਂ ਪ੍ਰਾਹੁਣਾ ਉੱਥੇ ਹੈਗਾ ਦੀ ਸਾਡਾ ਵੀ ਉਹਨਾਂ ਨੇ ਕੰਨੀ ਜੀ ਲਾਈ ਨਹੀਂ ਹੈਗੀ ਜੀ ਉਹਦੀ ਬਾਗੇ ਜੀ ਉਹਨਾਂ ਵੱਡੀ ਕੁੜੀ ਨੂੰ ਵੀ ਲੈ ਗਿਆ ਸਾਡੀ ਨਾਲ ਜੀ ਉਹਦੀ ਜੀ ਉਹ ਹਾਂਜੀ ਮੈਨੂੰ ਕਹਿੰਦਾ ਕਿ ਐਂ ਕਰੀ ਮਾਤਾ 11 ਵਜੇ ਚੀਮੇ ਆ ਜੀ ਜ਼ਮੀਨ ਮੇਰੇ ਨਾਂ ਕਰਾ ਦੀ ਉਹ ਕੁੜੀ ਨੇ ਤਾਂ ਵਿਆਹ ਕਰਾ ਲਿਆ ਉਹਦੇ ਘਰ ਵਾਲਾ ਲੈ ਜੂਗਾ ਸਾਰੀ ਜ਼ਮੀਨ 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 ਹੀ ਕਰੀ ਜਾਂਦਾ ਜ਼ਮੀਨ ਜ਼ਮੀਨ ਕਰੀ ਜਾਂਦਾ ਉਹਦਾ ਹੁਣ ਹੱਕ ਦੀ ਚਲ ਆਪਾਂ ਐਂ ਦੋਸ਼ੀ ਨਹੀਂ ਕਹਿ ਵੀ ਨਹੀਂ ਸਕਦੇ ਵੀ ਹਾਂ ਵੀ ਉਹਨੇ ਕੰਮ ਕਰਿਆ ਪਰ ਉਹਦਾ ਆਉਣ ਦਾ ਹੱਕ ਤਾਂ ਹੈਗਾ ਦੀ ਗਈ ਇੱਥੇ ਇਹਨਾਂ ਨੇ ਮੈਨੂੰ ਫੋਨ ਕਰਿਆ ਜੀ ਤਾਂ ਮੈਂ ਆਇਆ ਜੀ ਤੁਹਾਡੇ ਕੋਲ ਬੜਾ ਲਾਲਚ ਆ ਜੀ ਸਾਡਾ ਪ੍ਰਾਹੁਣਾ ਜ਼ਮੀਨ ਤਾਂ ਬਾਹਲ ਆ ਗਾ ਕੀ ਕਰਾਂ ਮੈਂ ਆਪਦੇ ਭਤੀਜੇ ਨੂੰ ਬੁਲਾਇਆ ਜੀ ਪੁੱਤ ਤੂੰ ਆ ਤੁਹਾਡੇ ਦੱਸਣ ਮੁਤਾਬਕ ਜੇ ਪ੍ਰਾਹੁਣਾ ਇੰਨਾ ਲਾਲਚੀ ਆ ਤਾਂ ਫਿਰ ਉਹ ਕਿਸੇ ਵੀ ਹੱਦ ਤੱਕ ਗਿਰ ਸਕਦਾ ਉਹਦਾ ਵੀ ਕਿਤੇ ਨਾ ਕਿਤੇ ਹੱਥ ਜ਼ਰੂਰ ਹੋਊਗਾ ਵਿੱਚ ਚਲੋ ਕੋਈ ਗੱਲ ਨਹੀਂ ਬਾਹਰ ਮੁਨਸ਼ੀ ਬੈਠਾ ਜੀ ਉਹਨੂੰ ਤੁਸੀਂ FIR ਦਰਜ ਕਰਾਓ ਮੇਜਰ ਸਿੰਘ ਜੀ ਹਾਂਜੀ ਰਿਪੋਰਟ ਲਿਖੋ ਇਹਨਾਂ ਦੀ ਲਿਖਦੇ ਨੇ ਜੀ ਲਿਖਦੇ ਨੇ ਸਰ ਹਾਂ ਬਾਕੀ ਕਿੱਥੇ ਤੁਹਾਡੀ ਕੁੜੀ ਵਿਆਹੀ ਹੋਈ ਆ ਸਾਰਾ ਐਡਰੈਸ ਦਿਓ ਮੈਨੂੰ ਪ੍ਰੋਪਰ ਚਾਹੀਦਾ ਠੀਕ ਹੈ ਟੈਨਸ਼ਨ ਲੈਣ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਹਾਂ ਜਾਓ ਜੀ ਹਾਂਜੀ ਸਰ ਸਰ ਉਹੀ ਨੇ ਜਿਹੜੇ ਨੱਕ ਦੇ ਚਪੜੇ ਲਏ ਉਹਦੇ ਮੈਂ ਹਾਂ ਉਹੀ ਹੈ ਉਹੀ ਲੱਗਦਾ ਹੈ ਨਾ ਉਹੀ ਹੈ ਜੀ ਉਹੀ ਹੈ ਚੱਲ ਕੋਈ ਗੱਲ ਚਲੋ ਆ ਜਾਓ ਓਏ ਕਰਾਈਏ ਨੋਟਾ ਚਲੋ ਹਾਂ ਜਾ ਕਰਾਓ ਚਲ ਕਰੋ ਸਤਿ ਸ਼੍ਰੀ ਅਕਾਲ ਵੀਰੇ ਬਸ ਕਿਵੇਂ ਕੀ ਹੈ ਤੈਨੂੰ ਪਤਾ ਹੀ ਆ ਤੂੰ ਮੈਨੂੰ ਐਂ ਦੱਸ ਕੁੜੀ ਦਾ ਪਤਾ ਲੱਗਿਆ ਕੁੜੀ ਦਾ ਹਜੇ ਪਤਾ ਕੁਝ ਨਹੀਂ ਲੱਗਿਆ ਹੈਗਾ ਅਸੀਂ ਗਏ ਸੀ ਥਾਣੇ ਤੇ ਮੈਂ ਟਿੱਕੂਗਾ ਅੱਛਾ ਹਾਂ ਵੀ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਸਾਡਾ ਨੂੰ ਦੱਸ ਤਾਂ ਉਹਨਾਂ ਜਿਹੜੀ ਗੱਲਬਾਤ ਹੋਈ ਹੈਗੀ ਅੱਛਾ ਕਰਕੇ ਵੀ ਉਹ ਪਹਿਲਾਂ ਤਾਂ ਕਹਿੰਦੇ ਨੇ ਐਸਪੀ ਸਾਹਿਬ ਕਹਿੰਦੇ ਵੀ ਤੁਹਾਡੀ ਕੁੜੀ ਦੀ ਗੱਲਬਾਤ ਨਾ ਹੋਵੇ ਕਿਤੇ ਹਾਂ ਵੀ ਸਾਨੂੰ ਕੋਈ ਹੋਰ ਜੀ ਗੱਲ ਦੱਸੋ ਵੀ ਅਸੀਂ ਉਹ ਸਾਰਾ ਨੂੰ ਤਫਤੀਸ਼ ਕਰਾਂਗੇ ਤੇ ਫਿਰ ਅਸੀਂ ਉਹਨਾਂ ਨੂੰ ਦੱਸਤਾ ਵੀ ਤਾਂ ਨਾ ਵੀ ਇਹ ਸਾਡੀ ਕੋਈ ਗੱਲਬਾਤ ਨਹੀਂ ਵੀ ਉਹ ਵੀ ਕੋਈ ਗੱਲ ਨਹੀਂ ਵੀ ਅਸੀਂ ਪਤਾਲ ਕਰਦੇ ਆ ਵੀ ਉਹਨਾਂ ਨੇ ਉਹ ਕਾਰਵਾਈ ਸ਼ੁਰੂ ਕਰਤੀ ਸੀਗੀ ਉਹੀ ਤਾਂ ਗੱਲ ਸਾਡੇ ਬਾਰੇ ਕੀ ਪੁੱਛਦੇ ਸੀ ਅਸੀਂ ਪੁੱਛਦੇ ਸੀ ਵੀ ਐਂ ਕਰਕੇ ਵੀ ਪੁਰਾਣਾ ਆਇਆ ਹੋਇਆ ਸੀ ਵੀ ਉਹ ਦੁਬਾਰਾ ਚ ਵੀ ਖੜੇ ਨਹੀਂ ਹੈਗੇ ਫਿਰ ਅਸੀਂ ਗੱਲਾਂ ਕਰਦੇ ਸੀਗੇ ਹੋ ਸਕਦਾ ਵੀ ਉਹ ਤੁਹਾਡੇ ਘਰੇ ਵੀ ਆਉਣ
ਬੇਬੇ ਕਿਵੇਂ? ਚਲੋ ਕੋਈ ਨਾ ਵੀਰੇ, ਦੇਖ ਦੇ ਗੱਲ ਕਰਕੇ ਅਸੀਂ ਆ ਜਾਂਗੇ ਫਿਰ। ਨਾ ਨਾ ਡਰਨਾ ਤਾਂ ਕਾਹਤੋਂ, ਕੋਈ ਗੱਲ ਨੀ ਵੀਰੇ। ਲਾਡੀਆਂ ਨਾਮ ਤੇਰਾ? ਹਾਂਜੀ ਹਾਂਜੀ, ਆਜੋ ਜਨਾਬ ਅੰਦਰ ਆਜੋ। ਹੋਰ ਜੀ ਸਾਨੂੰ ਮਾੜੀ ਮੋਟੀ ਜਾਣਕਾਰੀ ਵਾਸਤੇ ਅਸੀਂ ਆਏ ਆ। ਹਾਂਜੀ, ਤੁਸੀਂ ਸਾਡੇ ਨਾਲ ਥਾਣੇ ਚੱਲੋ। ਥਾਣੇ ਦਾ ਜੀ ਮੇਰਾ ਕੀ ਕੰਮ ਆਗਾ? ਥੋੜੀ ਮੋਟੀ ਪੁੱਛ ਗਿੱਛ ਕਰਕੇ ਤੁਹਾਨੂੰ ਵਾਪਸ ਭੇਜ ਦਾਂਗੇ ਯਾਰ। ਨਹੀਂ ਮੇਰੀ ਗੱਲ ਸੁਣੋ, ਦੇਖੋ ਮੈਂ ਨਾ ਇੱਕ ਸਾਡਾ ਰਿਸ਼ਤੇਦਾਰ ਸੀ, ਇੱਕ ਮਤਲਬ ਮਾਤਾ ਹੁਣੇ ਨਾਲ ਬਜ਼ੁਰਗ, ਹਨਾ, ਤੇ ਅਸੀਂ ਉੱਥੇ ਤੋਰਿਆ ਸੀ ਉਹਨਾਂ ਨੂੰ ਤੁਹਾਡੇ ਕੋਲ ਰਿਪੋਰਟ ਕਰਾਉਣਾ। ਹਾਂ, ਤੇ ਫਿਰ ਉਹ 'ਚ ਮੇਰਾ ਤਾਂ ਕੋਈ ਉਹ ਨਹੀਂ ਹੈਗਾ ਜੀ। ਨਹੀਂ, ਤੁਸੀਂ ਵੀ ਨਹੀਂ ਆਏ ਰਿਪੋਰਟ ਕਰਾਉਣ ਨਾਲ, ਤੁਸੀਂ ਤਾਂ ਮੇਨ ਥਾਂ 'ਤੇ ਲੱਗਦੇ ਹੋ। ਥੋੜੀਆਂ ਬਹੁਤੀਆਂ ਗੱਲਾਂ ਸੀ ਪੁੱਛ ਗਿੱਛ ਕਰਨੀ ਹੈ, ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮਿਸਟਰ। ਸਾਡੇ ਨਾਲ ਚੱਲੋ, ਆ ਜਾਓ ਵਾਪਸ। ਨਹੀਂ ਨਹੀਂ, ਉਹ ਤਾਂ ਗੱਲ ਕਰ ਠੀਕ ਆ ਸਰ, ਮੈਂ ਕੋਈ ਨਾ ਫਿਰ ਪੰਚਾਇਤ ਨਾਲ ਆਉਣਾ ਕੋਈ ਨਾਲ ਲੈ ਕੇ। ਓਹੋ, ਆਪਾਂ ਇੱਡੀ ਗੱਲ ਮੇਰਾ ਜਾ ਕੇ ਪਰਚਾ ਪਾ ਦੋ ਮੇਰੇ ਤੇ ਕੋਈ। ਓਹੋ, ਬਿਨਾਂ ਗੱਲ ਤੋਂ ਥੋੜਾ ਪਰਚਾ ਪਾਵਾਂਗੇ, ਕੋਈ ਤਬਦੀਸ਼ ਕਰਾਂਗੇ ਗੱਲ ਦੀ। ਜਾਣਾ ਪਊ, ਚਲੋ ਤੁਸੀਂ ਸਾਡੇ ਨਾਲ ਚੱਲੋ। ਫਿਰ ਮੈਂ ਆਪਦੀ ਗੱਡੀ ਜਾਏ? ਨਹੀਂ ਨਾ ਨਾ, ਨਹੀਂ ਸਾਡੇ ਨਾਲ ਹੀ ਚੱਲ, ਕੋਈ ਨਾ, ਅਸੀਂ ਵਾਪਸ ਕਰ ਜਾਾਂਗੇ ਤੈਨੂੰ। ਆਜਾ ਠੀਕ ਹੈ ਜੀ, ਆ ਜਾ ਆ ਜਾ ਉੱਤੇ ਆ। ਜਨਾਬ ਮੈਨੂੰ ਕੁਛ ਨੀ ਪਤਾ ਜੀ, ਜਨਾਬ ਮੈਨੂੰ ਪਤਾ ਨੀ ਤੈਨੂੰ ਮੈਨੂੰ ਕੀ ਪਤਾ ਜਨਾਬ? ਪਤਾ ਕਰੋ, ਇਹਨੂੰ ਮੋਛੇ ਪਾ ਦੇ ਕੁੱਟ। ਉੱਤੇ ਬਹਿ ਜਾ, ਉੱਤੇ ਬਹਿ ਜਾ। ਅੱਕ ਮੈਂ ਆਈ, ਮੇਰੀ ਟੋਈ ਟੁੱਟ ਗਈ ਜੀ, ਆਈ ਮੇਰੀ ਟੋਈ ਟੁੱਟ ਗਈ। ਮੇਜਰ ਸਿੰਘ, ਮੈਨੂੰ ਕੁਝ ਨਹੀਂ ਪਤਾ ਜੀ, ਮੈਨੂੰ ਪਤਾ ਮੈਨੂੰ ਕਿਵੇਂ ਨਹੀਂ ਆਇਆ ਕੁੱਤਾ। ਜਨਾਬ ਦੱਸਦਾ ਜੀ, ਆਏ ਹੋਏ ਆਏ ਹੋਏ।
ਕਾਤਲ ਹੋਈ ਮੈਂ ਦੱਸਦਾ ਜਨਾਬ ਮੈਂ ਕੀਤਾ ਕਾਤਲ ਜੀ ਕਰ ਓਏ ਕਿੱਥੇ ਕਰੇ ਕਾਤਲ ਦੱਸ ਜਨਾਬ ਮੈਂ ਉਹਦਾ ਰਾਤ ਨੂੰ ਗਲ ਘੋਟ ਕੇ ਜੀ ਜੱਟ ਦੇ ਥੱਪੜ ਮਾਰਿਆ ਸੀ ਆ ਭਈਆ ਸਾੜੀ ਆ ਦੇਖਾ ਅੱਛਾ ਤੈਨੂੰ ਕਾਨੂੰਨ ਦਾ ਜਮੀ ਡਰ ਨਹੀਂ ਤੀ ਤੈਨੂੰ ਐਂ ਤੀ ਕਤਲ ਕਰਕੇ ਮੈਂ ਭਾਜੂੰਗਾ ਸਾਲਿਆ ਇੰਨੀ ਕਿਰੀ ਹੋਈ ਸੋਚਦਾ ਮਾਲਕ ਹੈ ਤੂੰ ਹੁਣ ਸੜੀ ਪੁੱਤ 20 ਸਾਲ ਜੇਲ੍ਹ 'ਚ ਤਿਆਰ ਰਹਿ ਹੁਣ ਘਰੇ ਦਾ ਜਨਾਬ ਐਂ ਬੈਠਾ ਨਹੀਂ ਜਿਵੇਂ ਮਾਲਾ ਵੀ ਕੁਛ ਕਰੀ ਨਹੀਂ ਹੁੰਦਾ ਟੌਰ ਵਾਲਾ ਪਹਿਲਾਂ ਕੀ ਮੰਨ ਕੇ ਦਿੰਦਾ ਤੀ ਇਹ ਹਲੇ ਤਾਂ ਜਨਾਬ ਇਹਦਾ ਰਾਤ ਨੂੰ ਦੇਖਦੇ ਹਲੇ ਹੋਰ ਕਰਾਂਗੇ ਕੰਮ ਇਹਦਾ ਪ੍ਰੋਗਰਾਮ ਆ ਇਹਨੂੰ ਪਤਾ ਤਾਂ ਲੱਗੇ ਵੀ ਇਹੋ ਜਿਹੇ ਕੰਮ ਇਹਦੀ ਕੱਲੀ ਕੱਲੀ ਕੂਕ ਮੇਰੇ ਕੰਨਾਂ 'ਚ ਪੈਣੀ ਚਾਹੀਦੀ ਹੈ ਜੋ ਹੁਕਮ ਸਰਕਾਰ ਤੁਹਾਡਾ ਇਹਦੀ ਰੇਲ ਬਣਾ ਲੈ ਸਾਲੇ ਦੀ ਰਾਤ ਨੂੰ ਜਨਾਬ ਤੁਸੀਂ ਖਾਣਾ ਖੁਣਾ ਖਾਓ ਜਾ ਕੇ ਮੈਂ ਘਰ ਦਾ ਨੂੰ ਪੱਧਰਾ ਕੁੱਤਾ ਤੇਰੇ ਬਾਰਗੇਨ ਦਾ ਫਾਂਸੀ ਹੋਣੀ ਚਾਹੀਦੀ ਹੈ ਕੁੱਤਿਆ ਮੈਨੂੰ ਗਲਤੀ ਹੋ ਗਈ ਜੀ ਸਾਲਾ ਗਲਤੀ ਦਾ ਇਹਦੀ ਬੱਦਰੀ ਬਣਾ ਦੇ ਜਨਾਬ ਮੈਂ ਤੁਸੀਂ ਟੈਨਸ਼ਨ ਨਾ ਲਾ ਦਿਓ ਚਲ ਹੋ ਜਾ